ਦੋ ਲਾਈਨਾਂ ਗੁਰਦਾਸਪੁਰੀ ਜੀ ਜਦੋਂ ਚਲੇ ਗਏ ਆ ਉਦੋਂ ਰਾਤ ਮੈਂ ਸਾਰੀ ਰਾਤ ਸੁੱਤਾ ਨਹੀਂ ਅਤੇ ਬੰਦੂਕ ਲਾਈਨਾਂ ਲਿਖੀਆਂ ਤਾਂ ਉਹਨਾਂ ਲਾਈਨਾਂ ਨੂੰ ਮੈਂ ਪੜ੍ਹਦਾ ਰਿਹਾ ਅਤੇ ਨਾਲੇ ਰੋਂਦਾ ਰਿਹਾ ਖਬਰੇ ਕਿੱਥੇ ਚੱਲ ਗਿਆ ਭਾਜੀ ਫਿਰ ਮੁੜ ਕੇ ਤੂੰ ਆਉਣਾ ਨਹੀਂ ਮਾਂ ਗੁਜਰੀ ਦਾ ਠੰਡੇ ਬੁਰਜ ਦਾ ਫਿਰ ਤੂੰ ਗੀਤ ਸੁਣਾਉਣਾ ਨਹੀਂ ਦਰਅਸਲ ਇਹ ਗੀਤ ਮੈਂ ਤੂੰ ਵੀ ਨਾ ਗਾਉਣਾ ਸੀ ਉਹ ਵਿੱਚ ਰਹਿ ਗਏ ਆ ਪਰ ਮੈਂ ਕਰਨਾ ਹੋਰਾ ਪਰਾ ਜਿੰਨੇ ਜੋਗਾ ਲੰਬੀਆਂ ਹੇਕਾਂ ਵਾਲੇ ਆ ਜੱਟਾ ਦਿਸਦਾ ਨਹੀਂ ਅੱਜ ਤੂੰ ਲੰਬੀਆਂ ਹੇਕਾਂ ਵਾਲੇ ਆ ਜੱਟਾ ਦਿਸਦਾ ਨਹੀਂ ਅੱਜ ਤੂੰ ਤੈਨੂੰ ਸੁਣ ਲਈ ਬਹੁਤ ਸਰੋਂ ਤੇ ਚੁੱਕ ਚੁੱਕ ਵੇਖਣੂ ਤੈਨੂੰ ਸੁਣ ਲਈ ਬਹੁਤ ਸਰੋਂ ਤੇ ਚੁੱਕ ਚੁੱਕ ਵੇਖਣੂ ਮਾਂ ਗੁਜਰੀ ਦਾ ਛੱਡੇ ਬੁਰਜ ਦਾ ਬੜਿਆਂ ਵੀ ਸੁਣਾਉਣਾ ਓ ਮਾਂ ਗੁਜਰੀ ਦਾ ਠੰਡੇ ਬੁਰਜ ਦਾ ਬੜਿਆਂ ਵੀ ਸੁਣਾਉਣਾ ਜੋ ਫਿਰ ਤੂੰ ਨੇ ਗਾਇਆ ਭਾਜੀ ਉਹ ਮਜ਼ਾ ਨਹੀਂ ਆਉਣਾ ਪੈਨੂੰ ਸੁਣ ਲਈ ਹਰੇਕ ਲੋਕ ਖੁਸ਼ ਹੋਵੇ ਨੂੰ ਓ ਨਵੀਂ ਹੇਕ ਦਿਆ ਮਾਲਕਾ ਜਦ ਨਹੀਂ ਦਿਸਦਾ ਜਦ ਤੂੰ ਨਵੀਂ ਹੇਕ ਦਿਆ ਮਾਲਕਾ ਜੱਟਾ ਨਹੀਂ ਦਿਸਦਾ ਜਦ ਤੂੰ ਕਲਗੀ ਤਰਦੇ ਰੀਤਾਂ ਦੀਆਂ ਕੌਣ ਸੁਣਾਊ ਪਾਤਾ ਦਸਬੂ ਨੇ ਬਹੁਤ ਮਹਿੰਗੀਆਂ ਬੋਲ ਲਈਆਂ ਪਰ ਪਾਤਾ ਚੁੱਪ ਕਰਕੇ ਸਭ ਸੁਣ ਤੇਰੇ ਨੂੰ ਕੋਈ ਨਾ ਕਰਦਾ ਤੂੰ ਲੰਮੀਆਂ ਹੇਤਾਂ ਵਾਲਿਆ ਜੱਟਾ ਨਹੀਂ ਦਿਸਦਾ ਜਦ ਤੂੰ ਖਿਚੜੀ ਪੱਗ ਵਿੱਚ ਫੁੱਲ ਬੰਨ ਕੇ ਖਿਚੜੀ ਪੱਗ ਵਿੱਚ ਫੁੱਲ ਟੰਗ ਤੂੰ ਕੌਣ ਗਾਊ ਹੇਕਾਂ ਯਾਦ ਕਰਦਿਆਂ ਗੀਤ ਲਿਖਦਿਆਂ ਸੀਨੇ ਵੱਜਣ ਸਿੱਖਾਂ ਉਹ ਚਿੱਠੀ ਦੇ ਨਾਲ ਤਦ ਤਰਕੇ ਦਾ ਕੱਟਿਆ ਕਰ ਮਾਲ ਸਜਾ ਨਹੀਂ ਦਿਸਦਾ ਜਦ ਤੂੰ ਨਵੀਂ ਹੇਕ ਪਿਆ ਮਾਲ ਕਾਜ ਨਹੀਂ ਦਿਸਦਾ ਜਦ ਤੂੰ ਆਖੀ ਵੀ ਲੈਣਾ ਖੋਟਾੜੀ ਯਮਲਾ ਜੱਟ ਗੁਰਦਾਸਪੁਰੀ ਜੀ ਗੁਰੂ ਕੇਲਾ ਸੀ ਐਸੇ ਜੱਗਣ ਰੱਤੇ ਗੁਰਦਾਸਪੁਰੀ ਜੀ ਗੁਰੂ ਕੇਲਾ ਸੀ ਐਸੇ ਬਹੁਤ ਕਮਾਈ ਕਿਤੇ ਇਹਨਾਂ ਦੇ ਨਹੀਂ ਕਮਾਏ ਪੈਸੇ
ਬਹੁਤ ਕਮਾਈ ਇੱਜ਼ਤ ਇਹਨਾਂ ਨੇ ਨਹੀਂ ਕਮਾਏ ਪੈਸੇ ਮੈਂ ਰੰਧਾਵਾ ਨਾਲ ਵਿਚਰਿਆ ਕੀਤਾ ਨਹੀਂ ਲੰਬੀ ਵੇਖੇ ਮਾਲਕਾ ਜੱਟਾਈ ਦਿਸਦਾ ਜਦ ਤੋਂ ਮਾਲਕਾ ਜੱਜ ਨਹੀਂ ਦਿਸਦਾ ਤੂੰ ਤੋਂ ਤੈਨੂੰ ਸੁਣ ਲਈ ਬਹੁਤ ਸਰੋਤੇ ਚੁੱਕ ਚੁੱਕ ਵੇਖਣ ਚੁੱਕ ਚੁੱਕ ਵੇਖਣ